ਕੋਰੋਨਾ ਵਾਇਰਸ ਦੇ ਚਲਦਿਆਂ ਜਿੱਥੇ ਦੇਸ਼ ਭਰ ਨੂੰ ਲੋਕਡਾਊਨ ਕੀਤਾ ਗਿਆ, ਉੱਥੇ ਹੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਪੂਰੇ ਪੰਜਾਬ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ 70 ਕਰੋੜ ਰੁਪਏ ਗਰੀਬ ਲੋਕਾਂ ਦੀ ਮਦਦ ਲਈ ਜਾਰੀ ਕੀਤੇ ਗਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਕੱਲ੍ਹ ਤੋਂ ਬਠਿੰਡਾ ਜ਼ਿਲ੍ਹੇ ਵਿੱਚ 2 ਰੁਪਏ ਕਿਲੋ ਦੇਣ ਵਾਲੀ ਕਣਕ BPL ਕਾਰਡ ਧਾਰਕਾਂ ਨੂੰ ਵੰਡਣੀ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕਰੀਬ 50,000 ਗਰੀਬ ਪਰਿਵਾਰਾਂ ਨੂੰ ਇਹ ਕਣਕ ਵੰਡੀ ਜਾਵੇਗੀ। ਇਸ ਕਣਕ ਦੀ ਪਿਸਾਈ ਕਰਵਾਉਣ ਲਈ ਆਟਾ ਚੱਕੀਆਂ ਰਾਤ ਨੂੰ ਖੁੱਲ੍ਹੀਆਂ ਰਹਿਣਗੀਆਂ ਅਤੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਚੱਲਿਆ ਕਰਨਗੀਆਂ। ਸੋ ਮੈਂ ਤੁਹਾਡੇ ਕੈਮਰੇ ਦੇ ਰਾਹੀਂ ਸਿਰਫ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਸਰਕਾਰ ਦਾ ਜਿਹੜਾ ਬੁਨਿਆਦੀ ਅਤੇ ਅਵਲੀਨ ਫਰਜ਼ ਹੈ ਉਹ ਹੈ ਕਿ ਆਪਣੀ ਕੌਮ ਦੀ ਹਿਫਾਜ਼ਤ ਕਰਨੀ, ਔਰ ਰੱਬ ਤੋਂ ਬਾਅਦ ਜੇ ਕੋਈ ਤਾਕਤਵਰ ਚੀਜ਼ ਹੈ ਤਾਂ ਉਹ ਸਰਕਾਰ ਹੁੰਦੀ ਹੈ। ਔਰ ਸਰਕਾਰ ਜਿਹੜੀ ਹੈ ਇੱਕ ਮਾਂ ਬਾਪ ਦੀ ਹੈਸੀਅਤ ਰੱਖਦੀ ਹੈ, ਜਿਵੇਂ ਇੱਕ ਮਾਂ ਬਾਪ ਨੂੰ ਆਪਣੀ ਔਲਾਦ ਦੀ ਫਿਕਰ ਹੁੰਦੀ ਹੈ, ਸਰਕਾਰ ਨੂੰ ਆਪਣੀ ਕੌਮ ਦੀ ਫਿਕਰ ਹੁੰਦੀ ਹੈ। ਅੱਜ ਮੈਂ ਅਖਬਾਰ 'ਚ ਪੜ੍ਹ ਰਿਹਾ ਸੀ ਕਿ ਅਮਰੀਕਾ ਨੇ ਪਾਬੰਦੀ ਨਹੀਂ ਲਾਈ, ਅਮਰੀਕਾ ਜਿਹੜਾ ਉਹ ਫਰੇਬ ਦਾ ਸ਼ਿਕਾਰ ਹੋ ਗਿਆ, ਔਰ ਅੱਜ ਅਮਰੀਕਾ ਜਿਹੜਾ ਹਾਲਾਂਕਿ ਸਭ ਤੋਂ ਇਸ ਦੁਨੀਆ 'ਚ ਸਭ ਤੋਂ ਤਾਕਤਵਰ ਮੁਲਕ ਹੈ, ਜੇ ਸਭ ਤੋਂ ਜ਼ਿਆਦਾ ਇਸ ਬਿਮਾਰੀ ਦੀ ਜ਼ੱਦ 'ਚ ਕੋਈ ਇਸ ਵੇਲੇ ਮੁਲਕ ਹੈ ਤਾਂ ਉਹ ਅਮਰੀਕਾ। ਸੋ ਮੈਂ ਤੁਹਾਡੇ ਇਸ ਕੈਮਰੇ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਇਸ ਜਿਹੜੀ ਇਹ ਮਰਜ਼ ਹੈ ਇਹਦਾ ਜਿਹੜਾ ਸਾਨੂੰ ਮੁਕਾਬਲਾ ਜਾਂ ਇਹਦਾ ਰਿਸਪੋਂਸ ਹੋਊਗਾ ਉਹ ਸਰਕਾਰੀ ਰਿਸਪੋਂਸ ਨਹੀਂ ਹੈ, ਉਹ ਆਪਣਾ ਕੌਮ ਦਾ ਰਿਸਪੋਂਸ ਹੈ। ਇਹਦਾ ਜਿਹੜਾ ਮੁਕਾਬਲਾ ਕਰਨਾ ਹੈ ਉਹ ਕੌਮੀ ਪੱਧਰ 'ਤੇ ਕਰਨਾ ਪੈਣਾ, ਔਰ ਕੌਮੀ ਪੱਧਰ 'ਤੇ ਮੈਂ ਇਸ ਕਰਕੇ ਕਹਿ ਰਿਹਾ ਕਿ ਇਸ ਮਰਜ਼ ਦੀ ਇਲਾਜ ਜਿਹੜਾ ਸਾਇੰਸ ਸਾਨੂੰ ਦੱਸ ਰਹੀ ਹੈ ਉਹ ਇਹ ਹੈ ਕਿ ਇਨਸਾਨ ਨੂੰ ਇਕੱਲਾ ਰਹਿਣਾ, ਤਨਹਾ ਰਹਿਣਾ, ਇਨਸਾਨ ਨੂੰ ਆਪਣੇ ਹੱਥ ਧੋਣੇ ਪੈਣੇ, ਕਿਉਂਕਿ ਇਹ ਜਿਹੜਾ ਜਰਾਸੀਨ ਇਹਦੇ ਚਿਕਨਾਈ ਹੁੰਦੀ ਹੈ, ਜਦੋਂ ਤੁਸੀਂ 1 ਮਿੰਟ ਆਪਦਾ ਹੱਥ ਧੋਨੇ ਹੋ ਸਾਬਣ ਨਾਲ ਜਾਂ ਕਿਸੇ ਸੈਨੇਟਾਈਜ਼ਰ ਨਾਲ ਤਾਂ ਇਹ ਜ਼ਾਇਆ ਹੋ ਜਾਂਦਾ, ਤੁਸੀਂ ਜੇ ਜਿਹੜੀ ਉਹ ਡਿਸਟੈਂਸ ਜਿਹੜਾ ਉਹ ਮੇਨਟੇਨ ਕਰਨਾ, ਔਰ ਇਹ ਇੱਕ ਇਹ ਰਿਸਪੋਂਸ ਜਿਹੜਾ ਇੱਕ ਕੌਮ ਨੂੰ ਦੇਣਾ ਪੈਣਾ, ਨਾ ਕਿ ਸਰਕਾਰ ਨੂੰ। ਸਰਕਾਰ ਤਾਂ ਸਿਰਫ ਦੁੱਧ, ਮੈਡੀਸਨ, ਰਾਸ਼ਨ, ਯੂਨੋ ਇਹ ਚੀਜ਼ਾਂ ਮੁਹੱਈਆ ਕਰ ਸਕਦੀ ਹੈ। ਔਰ ਮੈਂ ਪੰਜਾਬੀਆਂ ਨੂੰ ਇਹ ਵੀ ਗੱਲ ਕਹਾਂਗਾ ਕਿ ਜਿਹੜਾ ਡਿਸਿਪਲਿਨ ਹੈ ਪੰਜਾਬੀ, ਉਹ ਡਿਸਿਪਲਿਨ ਇਹਦੀ ਕੀਮਤ ਜਿਹੜੀ ਹੈ ਇਹ ਆਜ਼ਾਦੀ ਤੋਂ ਘੱਟ ਨਹੀਂ ਹੈ। ਜੇ ਆਪਾਂ ਅੱਜ ਡਿਸਿਪਲਿਨ ਨਹੀਂ ਰੱਖਿਆ ਤਾਂ ਅਸੀਂ ਆਪਣੇ ਮੁਲਕ ਦਾ ਬਹੁਤ ਵੱਡਾ ਨੁਕਸਾਨ ਕਰਾ ਲਾਂਗੇ। ਔਰ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਜਿਹੜੀ ਬਿਮਾਰੀ ਹੈ ਉਹ ਜਹਾਲਤ ਹੈ, ਉਹ ਇਸ ਕਿਸਮ, ਉਹ ਜਿਹਨੂੰ ਬੇਇਲਮੀ ਕਹਿ ਦਿੰਦੇ ਹਾਂ, ਜਾਂ ਇਸ ਗੱਲ ਦਾ ਪਤਾ ਨਹੀਂ ਕਿ ਇਹ ਬਿਮਾਰੀ ਜਿਹੜੀ ਹੈ ਇਹ ਕਿੰਨੀ ਕੁ ਸਖਤ ਹੈ। ਇਹ ਇੱਕ ਸਰਕਾਰ ਨੂੰ ਕੋਈ ਸ਼ੌਕ ਨਹੀਂ ਹੈ ਕਿ ਪੂਰੀ ਹਿੰਦੁਸਤਾਨ ਦੀ ਇਕੋਨਮੀ ਅਸੀਂ ਤਬਾਹ ਕਰਕੇ ਤਾਂ ਕਿ ਸਿਰਫ ਸਾਡੇ ਲੋਕ ਬਚ ਜਾਣ। ਸੋ ਇੱਕ ਤਾਂ ਇਹ ਗੱਲ ਹੈ, ਔਰ ਮੈਨੂੰ ਲੱਗਦਾ ਕਿ ਅੱਜ 5 ਦਿਨ ਹੋ ਗੁਜ਼ਰੇ ਹੈ ਔਰ 17 ਦਿਨ ਸ਼ਾਇਦ ਜਾਂ 16 ਦਿਨ ਬਕਾਇਆ ਰਹਿ ਗਏ ਆ। ਜੇ ਸਾਡੀ ਕੌਮ ਨੇ ਜਿਵੇਂ ਸਾਇੰਸ ਕਹਿ ਰਹੀ ਹੈ ਜਾਂ ਜਿਵੇਂ ਸਰਕਾਰ ਕਹਿ ਰਹੀ ਹੈ ਜੇ ਅਸੀਂ ਡਿਸਿਪਲਿਨ ਰੱਖ ਲਿਆ ਤਾਂ ਇਹ ਜਿਹੜੀ ਹੈ ਇਹ ਬਿਮਾਰੀ ਦਾ ਜ਼ੋਰ ਜਿਹੜਾ ਇਹ ਘੱਟ ਜੂਗਾ, ਅਸੀਂ ਇਸ ਬਿਮਾਰੀ ਤੋਂ ਉੱਭਰ ਕੇ ਆ ਜਾਵਾਂਗੇ। ਔਰ ਅੱਜ ਮੈਂ ਪ੍ਰੈਸ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਇਹ ਵੀ ਕਹਾਂਗਾ ਕਿ ਜਿਹਨੂੰ ਵੀ ਰੱਬ ਨੇ ਥੋੜ੍ਹਾ ਬਹੁਤ ਪੈਸਾ ਦਿੱਤਾ ਉਹ ਆਪਣੇ ਮੁਲਾਜ਼ਮਾਂ ਦਾ,
ਉਹ ਆਪਣੇ ਪੜੋਸੀਆਂ ਦਾ, ਔਰ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਕੱਚੀਆਂ ਆਬਾਦੀਆਂ ਦਾ, ਆਪਣੀਆਂ ਕੱਚੀਆਂ ਆਬਾਦੀਆਂ ਦੇ ਵਿੱਚ ਲੋਕ ਰਹਿੰਦੇ ਆ, ਉਹਨਾਂ ਦਾ ਵੀ ਜ਼ਰੂਰ ਖਿਆਲ ਰੱਖਣ। ਕਿਉਂਕਿ ਆਪਾਂ ਸਾਰਿਆਂ ਨੇ ਰੱਬ ਕੋਲ ਜਾਨ ਦੇਣੀ ਹੈ, ਰੱਬ ਨੂੰ ਜਵਾਬ ਦੇਣਾ, ਔਰ ਉਸ ਦਿਨ ਜਵਾਬ ਕੀ ਦੇਵਾਂਗੇ। ਮੈਂ ਖੁਦ ਗ੍ਰੰਥਾਂ 'ਚ ਇਹ ਗੱਲ ਪੜ੍ਹੀ ਹੈ ਕਿ ਇਹ ਪੁੰਨ ਕਰਨ ਨਾਲ, ਦਾਨ ਦੇਣ ਨਾਲ ਦੌਲਤ ਵੱਧਦੀ ਹੈ, ਦੌਲਤ ਘੱਟਦੀ ਨਹੀਂ ਹੈ। ਔਰ ਸ਼ਾਇਦ ਬਹੁਤ ਥੋੜ੍ਹੇ ਬੰਦਿਆਂ ਨੂੰ ਪਤਾ ਹੋਊਗਾ ਕਿ ਜਦੋਂ 1962 ਦੇ ਵਿੱਚ ਭਾਰਤ ਅਤੇ ਚੀਨ ਦੀ ਜੰਗ ਲੱਗੀ ਸੀ, ਤਾਂ ਉਸ ਵੇਲੇ ਗਵਰਨਮੈਂਟ ਆਫ ਇੰਡੀਆ ਨੇ ਹਿੰਦੁਸਤਾਨ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜਿਹੜੀ ਗੌਰਮੈਂਟ ਦੇ ਜਿਹੜੇ ਐਫਰਟਸ ਹੈ ਜੰਗ ਲੜਨ ਵਾਸਤੇ, ਉਹਦੇ 'ਚ ਕੋਈ ਨਾ ਕੋਈ ਕੰਟਰੀਬਿਊਸ਼ਨ ਜਿਹੜੀ ਹੈ ਉਹ ਜ਼ਰੂਰ ਪਾਉਣ। ਔਰ ਹਿੰਦੁਸਤਾਨ 'ਚ ਵੀ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਣਾ ਕਿ ਜਿੰਨੀ ਡੋਨੇਸ਼ਨ, ਜਿੰਨਾ ਦਾਨ ਪੂਰੇ ਹਿੰਦੁਸਤਾਨ ਦੇ ਲੋਕਾਂ ਨੇ ਦਿੱਤਾ, ਇਕੱਲੇ ਪੰਜਾਬ ਦੇ ਲੋਕਾਂ ਨੇ ਉਦੋਂ ਵੱਧ ਦਿੱਤਾ। ਔਰ ਇਹ ਪੰਜਾਬ ਦੀ ਸਾਡੀ ਜਿਹੜੀ ਸਕਾਫ, ਸਾਡਾ ਕਲਚਰ ਹੈ ਪੰਜਾਬ ਦਾ, ਸਾਡਾ ਧਰਮ ਜਿਹੜਾ ਪੰਜਾਬ ਦਾ, ਉਹਦੇ 'ਚ ਹਮੇਸ਼ਾ ਇਹ ਗੱਲ ਰਹੀ ਹੈ ਕਿ ਅਸੀਂ ਗਰਜ਼ਮੰਦ ਦੀ ਗਰਜ਼ ਪੂਰੀ ਕਰਨੀ ਹੈ, ਦਰਦਮੰਦ ਦਾ ਦਰਦ ਵੰਡਾਉਣਾ। ਔਰ ਪੰਜਾਬੀਓ, ਜਿਸ ਤਰ੍ਹਾਂ ਮੈਂ ਕਿਹਾ, ਆਪਣੇ ਮੁਲਾਜ਼ਮਾਂ ਦਾ, ਆਪਣੇ ਪੜੋਸੀਆਂ ਦਾ ਅਤੇ ਕੱਚੀ ਬਸਤੀਆਂ ਜਿਹੜੇ ਲੋਕ ਰਹਿੰਦੇ ਆ ਉਹਨਾਂ ਦਾ ਤੁਸੀਂ ਜ਼ਰੂਰ ਖਿਆਲ ਰੱਖਿਆ ਜੇ। ਔਰ ਜਿਹੜੇ ਖਿਆਲ ਰੱਖਣਗੇ, ਮੈਨੂੰ ਲੱਗਦਾ ਰੱਬ ਇਸ ਗੱਲ 'ਤੇ ਰਾਜ਼ੀ ਹੋ ਜਾਏਗਾ। ਔਰ ਜਿਹੜੇ ਖਿਆਲ ਨਹੀਂ ਰੱਖਣਗੇ, ਤਾਂ ਪਰਮਾਤਮਾ ਦੀ ਕਚਹਿਰੀ 'ਚ ਕੋਈ ਤੁਸੀਂ ਰਹਿਮਤ ਦੀ ਅਪੀਲ ਜਿਹੜੀ ਹੈ, ਕੋਈ ਰਹਿਮਤ ਦੀ ਜਿਹੜੀ ਖੁਆਇਸ਼ ਹੈ ਉਹਦੀ ਉਮੀਦ ਨਾ ਤੁਸੀਂ ਰੱਖਿਓ। ਔਰ ਬਹਰਹਾਲ ਅੱਜ ਪੰਜਾਬ ਸਰਕਾਰ ਨੇ ਫੈਸਲਾ ਕੀਤਾ, ਇੱਦੋਂ ਪਹਿਲਾਂ ਹਰੇਕ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰਸ ਨੂੰ ਲੋਕਾਂ ਦੀ ਭਲਾਈ ਵਾਸਤੇ, ਖਾਸ ਕਰਕੇ ਜਿਹੜੇ ਦਿਹਾੜੀਦਾਰ ਮਜ਼ਦੂਰ ਜਾਂ ਜਿਹੜੇ ਲੋੜਵੰਦ ਹੈ ਜਾਂ ਕੋਈ ਬਿਮਾਰ ਹੈ, ਉਹਨਾਂ ਵਾਸਤੇ ਡਿਪਟੀ ਕਮਿਸ਼ਨਰ ਦੇ ਅਕਾਊਂਟ ਦੇ ਵਿੱਚ ਕਰੋੜ ਰੁਪਈਆ ਪਾ ਦਿੱਤਾ ਗਿਆ ਸੀ। ਔਰ ਅੱਜ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ, ਕਿਉਂਕਿ 22 ਕਰੋੜ ਪਾਇਆ ਸੀ, ਇਹਨੂੰ 70 ਕਰੋੜ ਹੋਰ ਪਾਉਣ ਦਾ ਪੰਜਾਬ ਸਰਕਾਰ ਨੇ ਵੱਡੇ ਅਤੇ ਛੋਟੇ ਜ਼ਿਲ੍ਹਿਆਂ 'ਚ ਆਬਾਦੀ ਦੇ ਹਿਸਾਬ ਨਾਲ 70 ਕਰੋੜ ਰੁਪਇਆ ਰਿਲੀਫ ਜਿਹੜੀ ਹੈ ਉਹ ਡਿਪਟੀ ਕਮਿਸ਼ਨਰ ਦੇ ਅਕਾਊਂਟ 'ਚ ਵੱਖਰੇ ਵੱਖਰੇ 22 ਜ਼ਿਲ੍ਹਿਆਂ 'ਚ ਅਸੀਂ ਫਿਰ ਹੋਰ ਦੇਣ ਜਾ ਰਹੇ ਹਾਂ। ਮੈਂ ਪੰਜਾਬੀਆਂ ਨੂੰ ਤੁਹਾਡੇ ਜ਼ਰੀਏ ਇਸ ਗੱਲ ਦਾ ਭਰੋਸਾ, ਇਤਬਾਰ, ਵਿਸ਼ਵਾਸ, ਯਕੀਨ, ਤਸੱਲੀ ਇਸ ਗੱਲ ਦੀ ਦਵਾਉਣੀ ਚਾਹੁੰਦਾ ਕਿ ਇਫ ਜਿੱਥੋਂ ਤੱਕ ਪੈਸਿਆਂ ਦਾ ਸਵਾਲ ਹੈ, ਅਤੇ ਜੇ ਪੈਸਿਆਂ ਨਾਲ ਇਹ ਬਿਮਾਰੀ ਟਲ ਸਕਦੀ ਹੈ, ਤਾਂ ਕੋਈ ਹੀਲਾ ਐਸਾ ਨਹੀਂ ਹੈ ਕਿ ਜਿਹੜਾ ਸਰਕਾਰ ਨਹੀਂ ਕਰੇਗੀ ਤਾਂ ਕਿ ਸਾਡੇ ਪੰਜਾਬ ਦੇ ਲੋਕ ਜਿਹੜੇ ਹੈ ਉਹ ਖੁਸ਼ਹਾਲ ਜਾਂ ਆਬਾਦ ਜਾਂ ਮਹਿਫੂਜ਼ ਰਹਿ ਸਕਣ। ਪਰ ਅਸਲੀ ਇਹ ਜਿਹੜੀ ਬਿਮਾਰੀ ਹੈ, ਇਹ ਤੋਂ ਬਚਣਾ ਜਾਂ ਇਹ ਤੋਂ ਉੱਭਰ ਕੇ ਆਉਣਾ, ਇਹ ਗੌਰਮੈਂਟ ਦੇ ਹੱਥ 'ਚ ਨਹੀਂ ਹੈ, ਇਹ ਤੁਹਾਡੇ ਹੱਥ 'ਚ ਹੈ। ਸੋ ਬਰਾਏ ਮਿਹਰਬਾਨੀ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ 15-16 ਦਿਨਾਂ ਦੀ ਗੱਲ ਹੈ, ਇਹ ਬਿਮਾਰੀ ਦਾ ਜਿਹੜਾ ਜ਼ੋਰ ਹੈ ਆਪਾਂ ਤੋੜ ਦਾਂਗੇ, ਇਹ ਬਿਮਾਰੀ ਨੂੰ ਅਸੀਂ ਜ਼ਾਇਆ ਕਰ ਦਾਂਗੇ ਜੇ ਆਪਾਂ ਡਿਸਿਪਲਿਨ ਰੱਖ ਸਕੀਏ। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਡਿਸਿਪਲਿਨ ਜਿਹੜਾ ਹੈ ਇਹਦੀ ਕੀਮਤ ਜਿਹੜੀ ਹੈ ਇਹ ਆਜ਼ਾਦੀ ਤੋਂ ਘੱਟ ਨਹੀਂ ਹੈ। ਸਾਡੇ ਮੁਲਕ ਦਾ ਜੋ ਭਵਿੱਖ ਹੈ, ਮੁਸਤਕਬਿਲ ਹੈ, ਅੱਜ ਉਹ ਦਾਅ 'ਤੇ ਲੱਗਿਆ ਹੋਇਆ। ਸੋ ਪੰਜਾਬੀਓ, ਮੈਂ ਤੁਹਾਥੋਂ ਆਸ ਰੱਖਦਾ ਕਿ ਤੁਸੀਂ ਜੋ ਵੀ ਸਰਕਾਰ ਜਾਂ ਸਾਇੰਸ ਜਾਂ ਡਾਕਟਰਾਂ ਦੀ, ਤੁਸੀਂ ਜੇ ਅਮਰੀਕਾ ਦਾ ਹਾਲ ਦੇਖ ਰਹੇ ਹੋ ਅਤੇ ਅਮਰੀਕਾ ਨਾਲ ਇਹ ਇਸ ਗੱਲ ਦੀ ਤਬਾਹੀ ਹੋ ਰਹੀ ਹੈ ਅਤੇ ਅਸੀਂ ਕਿਹਦੇ ਵਿਚਾਰੇ। ਔਰ ਅੱਜ ਕਿਉਂਕਿ ਅੱਜ ਡਿਸਟ੍ਰਿਕਟ ਲੈਵਲ ਦੀ ਮੀਟਿੰਗ ਸੀ, ਇਹ ਫੈਸਲਾ ਕੀਤਾ ਗਿਆ ਹੈ ਕਿ
ਤਕਰੀਬਨ ਜਿੰਨੇ ਵੀ BPL ਕਾਰਡ ਹੋਲਡਰਸ ਹੈ ਜਾਂ ਜਿਹੜੇ ਕਿ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਪੰਜਾਬ ਦੀ ਜਿਹੜੀ 2 ਰੁਪਏ ਕਿਲੋ 'ਤੇ ਕਣਕ ਆਉਂਦੀ ਹੈ, ਕੱਲ੍ਹ ਤੋਂ ਉਹਦੀ ਡਿਸਟ੍ਰੀਬਿਊਸ਼ਨ ਜਿਹੜੀ ਹੈ ਸ਼ੁਰੂ ਕਰ ਦਿੱਤੀ ਜਾਏਗੀ। ਔਰ ਤਕਰੀਬਨ ਬਠਿੰਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ 50,000 ਕੁਇੰਟਲ ਜਿਹੜੀ ਹੈ ਕਣਕ ਉਹ ਅਗਲੇ 2-3 ਦਿਨਾਂ 'ਚ ਅਸੀਂ ਤਕਸੀਮ ਕਰ ਦਾਂਗੇ। ਇਹ ਵੀ ਫੈਸਲਾ ਕੀਤਾ ਗਿਆ ਕਿਉਂਕਿ ਜਦੋਂ ਲੋਕਾਂ ਕੋਲ ਕਣਕ ਪਹੁੰਚ ਜਾਏਗੀ ਤਾਂ ਉਹਨੂੰ ਪਿਸਵਾਉਣ ਵਾਸਤੇ ਜਿਹੜੀਆਂ ਚੱਕੀਆਂ ਉਹ ਚੱਕੀਆਂ ਨੂੰ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਚੱਕੀਆਂ 'ਚ ਕਣਕ ਪਿਸਵਾਉਣ ਦੀ ਇਜਾਜ਼ਤ ਦੇ ਦਿੱਤੀ ਜਾਏਗੀ। ਬਾਕੀ ਇਹ ਵੀ ਰਿਵਿਊ ਹੋਇਆ ਕਿ ਦੁੱਧ, ਮੈਡੀਸਨ, ਸਬਜ਼ੀਆਂ, ਰਾਸ਼ਨ ਵਗੈਰਾ ਉਹ ਲੋਕਾਂ ਨੂੰ ਸਹੀ ਤਰੀਕੇ ਨਾਲ ਪਹੁੰਚ ਰਿਹਾ। ਕੁਛ ਸ਼ਿਕਾਇਤਾਂ ਆਈਆਂ ਸੀ ਕਿ ਕੁਛ ਵਪਾਰੀ ਕੋੜਾ ਉਹ ਨਜਾਇਜ਼ ਪ੍ਰੋਫਿਟ ਕਰ ਰਹੇ ਹਨ। ਅਸੀਂ ਮੈਂ ਤੁਹਾਡੇ ਰਾਹੀਂ ਫਿਰ ਅਪੀਲ ਕਰਾਂਗਾ ਕਿ ਜਿਹੜਾ ਹੈ ਕਿ ਮੁਨਾਫਾਖੋਰੀ ਤੋਂ ਆਪਾਂ ਬਾਲਾਤਰ ਹੋ ਕੇ ਇਨਸਾਨੀਅਤ ਦੀ ਖਿਦਮਤ ਜਿਹੜੀ ਹੈ ਉਹ ਆਪਣੇ ਲਈ ਬਹੁਤ ਜ਼ਰੂਰੀ ਹੈ। ਬਟ ਇਹਦਾ ਇਕੱਲੀ ਅਪੀਲ ਨਹੀਂ ਹੈ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਇਹ ਵੀ ਕਿਹਾ ਕਿ ਜਿਹੜੇ ਕੋਈ ਲੋਕ ਖਾਸ ਕਰਕੇ ਮੁਨਾਫਾਖੋਰੀ ਕਰਦੇ ਉਹਨਾਂ ਖਿਲਾਫ਼ ਸਖ਼ਤ ਐਕਸ਼ਨ ਲੈਣਾ। ਸੋ ਤਕਰੀਬਨ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਬਠਿੰਡਾ ਸ਼ਹਿਰ, ਬਠਿੰਡਾ ਡਿਸਟ੍ਰਿਕਟ ਔਰ ਫਰੀਦਕੋਟ ਡਿਵੀਜ਼ਨ ਇਜੇ ਤੱਕ ਇੱਕ ਵੀ ਕੇਸ ਜਿਹੜਾ ਇਸ ਬਿਮਾਰੀ ਦਾ ਇਸ ਇਲਾਕੇ 'ਚ ਤਾਂ ਜ਼ਾਹਿਰ ਨਹੀਂ ਹੋਇਆ। ਅਤੇ ਜੇ ਰੱਬ ਨੂੰ ਮਨਜ਼ੂਰ ਹੋਇਆ ਤਾਂ ਅਗਲੇ  15-16 ਦਿਨ ਵੀ ਇਹ ਅਸੀਂ ਇਹਨੂੰ ਇਸ ਬਿਮਾਰੀ ਤੋਂ ਜੇ ਬਚੇ ਰਹਿ ਜਾਈਏ। ਬਹਰਹਾਲ ਮੈਡੀਕਲ ਸਾਈਡ 'ਤੇ ਪੂਰੀ ਮਜ਼ਬੂਤੀ ਹੈ, ਕੁਆਰੰਟੀਨ ਦੇ ਜਿਹੜੇ ਬੈੱਡਸ ਹੈ, ਆਈਸੋਲੇਸ਼ਨ ਦੇ ਬੈੱਡਸ ਹੈ, ਵੈਂਟੀਲੇਟਰ ਹੈ, ਟੈਸਟਿੰਗ ਕਿੱਟਸ ਹੈਗੀਆਂ, ਸੈਨੀਟਾਈਜ਼ਰ, ਮਾਸਕ ਜਿਹੜਾ ਉਹ ਸਾਡੇ ਕੋਲ ਜਿੰਨੀ ਸਾਨੂੰ ਮੁਨਾਸਿਬ ਜ਼ਰੂਰਤ ਹੈ ਉਹ ਸਾਡੇ ਕੋਲ ਹੈ। ਔਰ ਵੱਡਾ ਇਮਤਿਹਾਨ ਜਿਹੜਾ ਉਹ ਪੰਜਾਬ ਦੇ ਲੋਕਾਂ 'ਚ ਇਹੀ ਹੈ ਕਿ ਜੇ ਅਸੀਂ ਸਰਕਾਰ ਦੀਆਂ ਹਿਦਾਇਤਾਂ 'ਤੇ ਚੱਲੀਏ ਤਾਂ ਜਿਸ ਤਰ੍ਹਾਂ ਮੈਂ ਕਿਹਾ ਕਿ ਮੁਲਕ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਉਸ ਤੋਂ ਅਸੀਂ ਬਚ ਸਕਾਂਗੇ।